सो अगला सवाल है कबीर जी कि गुरबाणी दी पंक्ति आंदी है, एक कुटुंब तू जे देखदा चले ना ही तेरे नाल है, जितने भी रिश्ते नाते हैं उन्हां दा जिक्र गुरबाणी विच आंदा है कि इन्हां विचों कोई भी साथ नहीं देंदा, तां की गुरबाणी विच रिश्ते नात्यां दी निखेधी कीती गई है? ਤੁਹਾਡਾ ਇਹ ਕੁਐਸਚਨ ਅੱਛਾ ਹੈ। ਟੱਬਰ ਕੁਟੰਬ ਕਿਸ ਨੂੰ ਕਹਿੰਦੇ ਹਨ? ਜੋ ਅਸੀਂ ਅੱਜ ਦਾ ਸ਼ਬਦ ਵਿਚਾਰ ਕੀਤਾ, ਅਸੀਂ ਉਹਦੇ ਵਿੱਚ ਸਮਝਿਆ ਕਿ ਇਹ ਬਾਹਰਲੇ ਸਰੀਰਕ ਟੱਬਰ ਵਾਲੇ ਬਾਇਓਲੋਜੀਕਲ ਮੰਮੀ ਪਾਪਾ ਭੈਣ ਭਰਾ ਧੀਆਂ ਪੁੱਤਰ ਗ੍ਰੈਂਡ ਪੇਰੈਂਟਸ ਨੂੰ ਨਹੀਂ ਕਹਿੰਦੇ ਨੇ। ਕੁਟੰਬ ਮੇਰੇ ਮਨ ਦੇ ਖਿਆਲਾਂ ਨੂੰ ਕਹਿੰਦੇ ਨੇ। ਮਨ ਦੇ ਖਿਆਲਾਂ ਦਾ ਕੁਟੰਬ ਮੇਰਾ ਸਾਥ ਨਹੀਂ ਦਿੰਦਾ। ਮਨ ਦੇ ਖਿਆਲਾਂ ਦਾ ਕੁਟੰਬ ਮੇਰਾ ਇਹ ਲਕਾਂ ਅੱਜ ਦੇ ਟੌਪਿਕ ਵਿੱਚ ਹੈ, ਔਰ ਮੇਰਾ ਹੰਸ ਮੇਰਾ ਕੰਮ ਨਹੀਂ ਕਰ ਪਾ ਰਿਹਾ। ਇਨਰ ਵਾਇਸ ਸੁਣਨੀ ਹੈ ਤਾਂ ਕਿ ਹੰਸ ਐਕਟੀਵੇਟ ਹੋ ਜਾਏ ਔਰ ਇਹ ਟੱਬਰ ਵੀ ਮੇਰਾ ਠੀਕ ਹੋ ਜਾਏ। ਅਤੇ ਫਿਰ ਵੀਰ ਜੀ ਇਹਦਾ ਕੀ ਮਤਲਬ ਹੈ ਕਿ ਮਾਤ ਪਿਤਾ ਬਨਿਤਾ ਸੁਤ ਬੰਧਵ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ? ਪੂਰਵ ਜਨਮ ਕੇ ਮਿਲੇ ਸੰਜੋਗੀ ਦਾ ਮਤਲਬ ਕੀ ਹੁੰਦਾ? ਇਸ ਤੋਂ ਪਹਿਲਾਂ ਜਿਹੜੇ ਮੇਰੇ ਖਿਆਲ ਨੇ, ਉਹ ਜਿਹੜੇ ਮੈਂ ਨੈਗੇਟਿਵ ਮੰਦੇ ਖਿਆਲ ਕਮਾਏ ਨੇ, ਉਹਨਾਂ ਦੇ ਨਾਲ ਮੈਂ ਆਪਣੇ ਅੰਦਰ ਦਾ ਜਿਹੜਾ ਨੈਗੇਟਿਵ ਥੋਟਸ ਦਾ ਟੱਬਰ ਬਣਾਇਆ ਹੈ। ਆਸ਼ਾ ਤ੍ਰਿਸ਼ਨਾ ਨਿੰਦਾ ਚੁਗਲੀ ਹੋਮੈ ਝੂਠ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਸ ਤਰੀਕੇ ਦੇ ਨਾਲ ਕੁਮੱਤ ਅਤੇ ਅਸੰਤੋਖੀ ਜਿਹੜਾ ਟੱਬਰ ਬਣਾਇਆ, ਅਵਿਦਿਆ ਰੂਪੀ ਮੇਰੇ ਸੱਸ ਹੋਰਾਂ ਨੇ, ਉੱਦਮ ਮੈਂ ਕਰਦਾ ਨਹੀਂ ਹਾਂ ਅਤੇ ਮੇਰੀ ਕਾਮਣ, ਇਹ ਸਾਰਾ ਟੱਬਰ ਮੇਰਾ ਗੜਬੜ ਹੋ ਗਿਆ। ਹਾਂਜੀ, ਇਸ ਨੂੰ ਹੀ ਕਹਿੰਦੇ ਨੇ ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਮੈਨੂੰ ਜਮ ਜਦੋਂ ਮੈਨੂੰ ਖੁਆਰ ਕਰਦਾ ਹੈ, ਈਵਲ ਥੋਟਸ ਦੇ ਨਾਲ ਜਦੋਂ ਮੈਂ ਡਿਸਟਰਬ ਹੁੰਦਾ, ਇਹ ਮੇਰੇ ਕੰਮ ਨਹੀਂ ਆਉਂਦੇ ਨੇ। ਇਹਨੂੰ ਕਹਿੰਦੇ ਨੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਹੈ। ਫਿਰ ਕੀ ਕਰਨਾ ਚਾਹੀਦਾ? ਪੁੱਛਿਆ ਨਾ, ਇਹ ਮਨ ਪਿਆਰਿਆ ਤੂੰ ਸਦਾ ਸਾਥ ਸੰਭਾਲੇ। ਇਹ ਜਿਹੜਾ ਤੂੰ ਨੈਗੇਟਿਵ ਟੱਬਰ ਬਣਾਇਆ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਹੈ। ਨਾਲ ਕੀ ਚੱਲਦਾ? ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਜਿੱਥੇ ਲੇਖਾ ਮੰਗੀਏ, ਜਿੱਥੇ ਪ੍ਰੋਬਲਮ ਆਏ ਤਿੱਥੇ ਖੜੇ ਦੀ ਸਾਨੂੰ ਉੱਥੇ ਮੇਰੇ ਸਹਾਈ ਹੋਣ। ਸੋ ਨਾਲ ਚੰਗੇ ਗੁਣ ਚੱਲਦੇ ਨੇ, ਪਰ ਮੈਂ ਨਾਲ ਅਵਗੁਣ ਲੈ ਕੇ ਚੱਲਦਾ, ਉੱਥੇ ਮੁਸੀਬਤ ਵੇਲੇ ਮੈਨੂੰ ਛੋੜ ਜਾਂਦੇ ਨੇ, ਉਹ ਮੇਰੀ ਹੈਲਪ ਨਹੀਂ ਕਰਦੇ ਨੇ, ਮੈਨੂੰ ਹੋਰ ਨੈਗੇਟਿਵ ਵਾਲੇ ਪਾਸੇ ਮੇਰਾ ਸੁਭਾਅ ਬਣਾ ਦਿੰਦੇ ਨੇ ਜੀ। ਮੇਰਾ ਭੈੜਾ ਸੁਭਾਅ ਮਲਟੀਪਲਾਈ ਹੁੰਦਾ ਜਾਂਦਾ ਜੀ ਵੀਰ ਜੀ ਜੀ।